बरनाला में पुलिस द्वारा स्वतंत्रता दिवस समारोह के मद्देनजर बरनाला जिले के अलग अलग सब डिवीजन और बरनाला शहर में अलग अलग जगहों पर फ्लैग मार्च निकाला गया। इस मौके पर पुलिस अधिकारियों ने कहा कि किसी भी असामाजिक तत्वों को बख्शा नहीं जाएगा। वहीं उन्होंने उन लोगों से अपील करते हुए कहा कि अगर उनके पास कोई भी असामाजिक तत्व नजर आता है तो उसकी सूचना तुरंत पुलिस को दी जाए और सूचना देने वाले का नाम गुप्त रखा जाएगा। इस मौके पर पत्रकारों को जानकारी देते हुए बरनाला के डीएसपी सतवीर सिंह ने बताया कि पंजाब के डीजीपी गौरव यादव और बरनाला के एसएसपी संदीप कुमार मलिक के दिशा निर्देशों पर बरनाला पुलिस द्वारा स्वतंत्रता दिवस के मद्देनजर बरनाला जिले के अलग अलग सब डिवीजन और बरनाला शहर के अलग अलग बाजारों और जगहों पर फ्लैग मार्च निकाला गया है। उन्होंने कहा कि आज फ्लैग मार्च जो पुलिस द्वारा निकाला गया है, इसका मतलब होता है कि जिले में आम नागरिकों के मन में कोई भय न रहे और असामाजिक तत्व किसी भी तरह की घटना को अंजाम देने से डरे। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 15 ਅਗਸਤ ਆ ਰਹੀ ਹੈ, ਜੋ ਇੰਡੀਪੈਂਡੈਂਸ ਡੇ ਦੀਆਂ ਸੈਲੀਬ੍ਰੇਸ਼ਨ ਪੂਰੇ ਦੇਸ਼ ਵਿੱਚ ਮਨਾਈਆਂ ਜਾਣੀਆਂ। ਇਹਦੇ ਸੰਬੰਧ ਵਿੱਚ ਮਾਣਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਬਰਨਾਲਾ ਪੁਲਿਸ ਵੱਲੋਂ ਸਵੇਰ ਤੋਂ ਹੀ ਵੱਖ ਵੱਖ ਓਪਰੇਸ਼ਨ ਚਲਾਏ ਜਾ ਰਹੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜੋ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੀ ਰਿਹਰਸਲ ਕੀਤੀ ਗਈ ਸੀ। ਉਸ ਤੋਂ ਬਾਅਦ ਮਾਣਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੀ ਅਗਵਾਈ ਵਿੱਚ ਪੂਰੀ ਜ਼ਿਲ੍ਹਾ ਫੋਰਸ ਵੱਲੋਂ ਬਰਨਾਲਾ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਫਲੈਗ ਮਾਰਚ ਕੀਤਾ ਗਿਆ ਸੀ ਅਤੇ ਹੁਣ ਅਸੀਂ ਵੱਖ ਵੱਖ ਸਬ ਡਿਵੀਜ਼ਨਾਂ ਦੇ ਵਿੱਚ ਸਬ ਡਿਵੀਜ਼ਨ ਬਰਨਾਲਾ ਤਪਾ ਅਤੇ ਮਹਿਲ ਕਲਾਂ ਦੀ ਫੋਰਸ ਵੱਲੋਂ ਆਪਣੀ ਆਪਣੀ ਸਬ ਡਿਵੀਜ਼ਨ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢੇ ਜਾ ਰਹੇ ਨੇ, ਜਿਹਦੇ ਅਧੀਨ ਅੱਜ ਅਸੀਂ ਹੁਣ ਰੇਲਵੇ ਸਟੇਸ਼ਨ ਤੋਂ ਫਲੈਗ ਮਾਰਚ ਸ਼ੁਰੂ ਕਰ ਰਹੇ ਹਾਂ। ਜਿਹੜਾ ਅੱਜ ਸਵੇਰੇ ਫਲੈਗ ਮਾਰਚ ਕੀਤਾ ਗਿਆ ਸੀ ਉਹਦੇ ਵਿੱਚ ਸਾਰੇ ਹੀ ਆਪਣੇ ਸਦਰ ਬਾਜ਼ਾਰ, ਗੱਡਾਖਾਨਾ ਚੌਂਕ, ਕੇਸੀ ਰੋਡ, ਪੱਕਾ ਕਾਲਜ ਰੋਡ ਅਤੇ ਧਨੌਲਾ ਰੋਡ, ਇਹ ਕਵਰ ਕੀਤੇ ਗਏ ਸੀ ਅਤੇ ਹੁਣ ਅਸੀਂ ਸਦਰ ਬਾਜ਼ਾਰ, ਪ੍ਰਵਾਹੀ ਬਾਜ਼ਾਰ, ਸੇਖਾ ਰੋਡ, ਸੰਘੇੜਾ, ਇਹ ਸਾਰੇ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ। ਆਮ ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਆਜ਼ਾਦੀ ਦਾ ਦਿਹਾੜਾ ਆ ਰਿਹਾ ਉਹਨੂੰ ਆਪਣਾ ਸਹੀ ਢੰਗ ਦੇ ਨਾਲ ਮਨਾਇਆ ਜਾਵੇ, ਉਤਸ਼ਾਹ ਨਾਲ ਮਨਾਇਆ ਜਾਵੇ। ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦੇ ਉਹਨਾਂ ਦੇ ਧਿਆਨ ਵਿੱਚ ਆਉਂਦੀ ਆ ਤਾਂ ਉਹਦੇ ਬਾਰੇ ਤੁਰੰਤ ਲੋਕਲ ਪੁਲਿਸ ਨੂੰ ਜਾਂ ਜ਼ਿਲ੍ਹਾ ਕੰਟਰੋਲ ਰੂਮ 'ਤੇ 112 'ਤੇ ਕਾਲ ਕਰਕੇ ਦੱਸਿਆ ਜਾਵੇ ਅਤੇ ਕੋਈ ਵੀ ਅਫਵਾਹ ਜਿਹੜੀ ਹੈ ਜਿਹਦੇ ਨਾਲ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆਪਸੀ ਜਿਹੜਾ ਲੋਕਾਂ ਦਾ ਭਾਈਚਾਰਾ ਖਰਾਬ ਹੋਵੇ ਜਾਂ ਕੋਈ ਹੋਰ ਟੈਂਸ਼ਨ ਪੈਦਾ ਹੋ ਸਕਦੀ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ, ਇਹੋ ਜਿਹੀਆਂ ਅਫਵਾਹਾਂ ਨੂੰ ਬਚਿਆ ਜਾਵੇ ਅਤੇ ਅਫਵਾਹਾਂ ਨੂੰ ਰਿਪੋਰਟ ਕੀਤਾ ਜਾਵੇ। ਮਾੜੇ ਅਨਸਰਾਂ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਤੁਸੀਂ ਬਰਨਾਲਾ ਛੱਡ ਦਿਓ ਅਤੇ ਜਾਂ ਤਾਂ ਕ੍ਰਾਈਮ ਛੱਡ ਦਿਓ, ਕਿਉਂਕਿ ਆਪਾਂ ਇੱਥੇ ਬਿਲਕੁਲ ਵੀ ਕੋਈ ਵੀ ਕਿਸੇ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਜਾਂ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲਏਗਾ ਉਹਨੂੰ ਬਿਲਕੁਲ ਵੀ ਬਰਨਾਲਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏ। ਬ੍ਰਜ ਚਿਕਿਤਸਾ ਸੰਸਥਾਨ ਸਕੂਲ ਆਫ ਨਰਸਿੰਗ ਐਂਡ ਪੈਰਾਮੈਡੀਕਲ ਕਾਲਜ, ਜਹਾਂ ਮੌਜੂਦ ਹੈ ਆਧੁਨਿਕ ਸੁਵਿਧਾਓਂ ਸੇ ਲੈਸ ਐਨਾਟੋਮੀ ਲੈਬ, ਨਿਊਟ੍ਰੀਸ਼ਨ ਲੈਬ, ਕਮਿਊਨਿਟੀ ਲੈਬ, ਐਡਵਾਂਸ ਸਕਿੱਲ ਲੈਬ, ਫੰਡਾਮੈਂਟਲ ਲੈਬ, MCH ਲੈਬ, ਕੰਪਿਊਟਰ ਲੈਬ ਔਰ ਲਾਇਬ੍ਰੇਰੀ। ਯਹਾਂ ਕੇ ਪਾਠਕ੍ਰਮੋਂ ਮੇਂ ਸ਼ਾਮਿਲ ਹੈ BSc ਨਰਸਿੰਗ, GNM, ANM, OTT, ਯੋਗਿਤਾ 12ਵੀਂ ਪਾਸ। ਬ੍ਰਜ ਚਿਕਿਤਸਾ ਸੰਸਥਾਨ ਮਥੁਰਾ ਆਪਕੀ ਸੇਵਾ ਮੇਂ ਸਦੈਵ ਤਤਪਰ, ਜਹਾਂ ਮਿਲੇਂਗੇ ਆਪਕੋ ਜਨਰਲ ਐਵਮ ਲੈਪਰੋਸਕੋਪੀ ਸਰਜਨ ਡਾਕਟਰ ਸਾਗਰ ਮਿੱਤਲ, ਹੱਡੀ ਐਵਮ ਜੋੜ ਰੋਗ ਵਿਸ਼ੇਸ਼ਜ੍ਞ ਡਾਕਟਰ ਸੌਰਵ ਬੰਸਲ, ਪ੍ਰਸੂਤੀ ਐਵਮ ਇਸਤਰੀ ਰੋਗ ਵਿਸ਼ੇਸ਼ਜ੍ਞ ਡਾਕਟਰ ਨਮ੍ਰਤਾ ਸਿੰਘ ਐਵਮ ਡਾਕਟਰ ਨੇਹਾ ਗਰਗ, ਨਾਕ ਕਾਨ ਐਵਮ ਗਲਾ ਰੋਗ ਸਰਜਨ ਡਾਕਟਰ ਅਭਿਸ਼ੇਕ ਜੋਸ਼ੀ, ਸਮਾਨ ਰੋਗ ਵਿਸ਼ੇਸ਼ਜ੍ਞ ਡਾਕਟਰ ਕੁਲਦੀਪ ਗੋਇਲ, ਨਵਜਾਤ ਸ਼ਿਸ਼ੂ ਐਵਮ ਬਾਲ ਰੋਗ ਵਿਸ਼ੇਸ਼ਜ੍ਞ ਡਾਕਟਰ ਹਿਨਾ ਗੁਪਤਾ, ਪ੍ਰਸੂਤੀ ਐਵਮ ਇਸਤਰੀ ਰੋਗ ਐਵਮ ਬਾਚਪਨ ਵਿਸ਼ੇਸ਼ਜ੍ਞ ਡਾਕਟਰ ਏਕਤਾ ਥਦਾਨੀ ਸਿੰਘ, ਦੰਤ ਐਵਮ ਮੁੱਖ ਰੋਗ ਵਿਸ਼ੇਸ਼ਜ੍ਞ ਡਾਕਟਰ ਸ਼ਿਲਪੀ ਮੰਗਲਾ ਐਵਮ ਡਾਕਟਰ ਦੀਕਸ਼ਾ ਅਗਰਵਾਲ, ਤਵਚਾ ਐਵਮ ਕੇਸ਼ ਰੋਗ ਵਿਸ਼ੇਸ਼ਜ੍ਞ ਡਾਕਟਰ ਸੰਗੀਤਾ ਸ਼ਰਮਾ, ਹੋਮਿਓਪੈਥਿਕ ਚਿਕਿਤਸਕ ਡਾਕਟਰ ਯਤੀਂਦਰ ਕੁਮਾਰ।